ਸਾਗਾ ਵਿੱਚ ਗੋਲੀਆਂ ਮਾਰ ਕੇ ਕਤਲ ਕੀਤੀ ਪਵਨਪ੍ਰੀਤ ਕੌਰ ਦੇ ਮਾਪਿਆਂ ਨੂੰ ਇਸ ਗੱਲ ਦਾ ਹਮੇਸ਼ਾ ਪਛਤਾਵਾ ਰਹੇਗਾ ਕਿ ਉਹਨਾਂ ਨੇ ਆਪਣੀ ਬੱਚੀ ਨੂੰ ਛੋਟੀ ਉਮਰ ਵਿੱਚ ਕੈਨੇਡਾ ਕਿਉਂ ਭੇਜਿਆ। ਪਵਨਪ੍ਰੀਤ ਕੌਰ ਦੀ ਮਾਤਾ ਜਸਵੀਰ ਕੌਰ ਨੇ ਕਿਹਾ, ਚੰਗਾ ਹੁੰਦਾ ਜੇ ਅਸੀਂ ਆਪਣੀ ਬੱਚੀ ਨੂੰ ਆਪਣੇ ਕੋਲ ਪੰਜਾਬ ਹੀ ਰੱਖਦੇ। ਪਿਤਾ ਦਵਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਹਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਨੇ ਅਤੇ ਅਸੀਂ ਵੀ ਇਹੀ ਸੋਚਿਆ ਸੀ ਕਿ ਸਾਡਾ ਪਰਿਵਾਰ ਕੈਨੇਡਾ ਚਲਾ ਜਾਵੇਗਾ। ਜਸਵੀਰ ਕੌਰ ਮੁਤਾਬਕ ਪੀਲ ਰੀਜਨਲ ਪੁਲਿਸ ਵੱਲੋਂ ਪਵਨਪ੍ਰੀਤ ਕੌਰ ਦੇ ਕਤਲ ਦੀ ਖਬਰ ਸਭ ਤੋਂ ਪਹਿਲਾਂ ਬ੍ਰੈਂਪਟਨ ਰਹਿੰਦੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਸਾਂਝੀ ਕੀਤੀ ਗਈ, ਜਿਨ੍ਹਾਂ ਨੇ ਅੱਗੇ ਪੰਜਾਬ ਫੋਨ ਕਰਕੇ ਭਾਣਾ ਵਰਤਣ ਦੀ ਗੱਲ ਦੱਸੀ। ਪੀਲ ਰੀਜਨਲ ਪੁਲਿਸ ਵੱਲੋਂ ਪਵਨਪ੍ਰੀਤ ਕੌਰ ਦੀਆਂ ਕਈ ਤਸਵੀਰਾਂ ਜਾਰੀ ਕਰਦਿਆਂ ਉਹ ਵੀਡੀਓ ਵੀ ਜਨਤਕ ਕੀਤੀ ਗਈ ਹੈ, ਜਿਸ ਵਿੱਚ ਸ਼ੱਕੀ ਨੂੰ ਸਾਈਕਲ ਚਲਾਉਂਦਿਆਂ ਦੇਖਿਆ ਜਾ ਸਕਦਾ ਹੈ। ਪੁਲਿਸ ਮੁਤਾਬਕ ਸ਼ੱਕੀ ਕਈ ਘੰਟੇ ਉਸ ਇਲਾਕੇ ਵਿੱਚ ਮੌਜੂਦ ਰਿਹਾ ਅਤੇ ਸੰਭਾਵਿਤ ਤੌਰ 'ਤੇ ਪਵਨਪ੍ਰੀਤ ਕੌਰ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖ ਰਿਹਾ ਸੀ। ਪੁਲਿਸ ਵੱਲੋਂ ਸਾਈਕਲ ਦੀ ਤਸਵੀਰ ਵੀ ਸਾਂਝੀ ਕੀਤੀ ਗਈ ਹੈ, ਜੋ ਕਿਸੇ ਜਗ੍ਹਾ ਤੋਂ ਚੋਰੀ ਕੀਤਾ ਗਿਆ। ਪਵਨਪ੍ਰੀਤ ਕੌਰ ਦੀ ਹੱਤਿਆ ਤੋਂ ਬਾਅਦ ਸ਼ੱਕੀ ਕ੍ਰੈਡਿਟ ਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਵਾਲੇ ਪਾਸੇ ਦੌੜ ਗਿਆ। ਬਿਨਾਂ ਸ਼ੱਕ ਇਹ ਕਤਲ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ, ਪਰ ਪੁਲਿਸ ਨੇ ਹੁਣ ਤੱਕ ਇਸ ਦੇ ਮਕਸਦ ਬਾਰੇ ਕੋਈ ਜ਼ਿਕਰ ਨਹੀਂ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਪਵਨਪ੍ਰੀਤ ਕੌਰ 18 ਸਾਲ ਦੀ ਉਮਰ ਵਿੱਚ ਸਟੂਡੈਂਟ ਵੀਜ਼ਾ 'ਤੇ ਕੈਨੇਡਾ ਆਈ ਸੀ। ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ 905-453-3311 ਐਕਸਟੈਂਸ਼ਨ 3205 'ਤੇ ਸੰਪਰਕ ਕੀਤਾ ਜਾਵੇ। ਅੱਜ ਮੈਂ ਤੁਹਾਨੂੰ ਦਸੰਬਰ 3 ਦੀ ਰਾਤ ਨੂੰ ਮਿਸਿਸ ਸਾਗਾ ਗੈਸ ਸਟੇਸ਼ਨ 'ਤੇ ਹੋਏ ਕਤਲ ਦੀ ਜਾਂਚ ਬਾਰੇ ਅਪਡੇਟ ਪ੍ਰਦਾਨ ਕਰਨ ਲਈ ਇੱਥੇ ਹਾਂ। ਦੁੱਖ ਦੀ ਗੱਲ ਹੈ ਕਿ ਉਸ ਦਿਨ 21 ਸਾਲਾਂ ਦੀ ਪਵਨਪ੍ਰੀਤ ਕੌਰ ਦਾ ਕਤਲ ਗੋਲੀਆਂ ਮਾਰ ਕੇ ਕੀਤਾ ਗਿਆ। ਵਿਆਪਕ ਵੀਡੀਓ ਕੈਨਵਸਿੰਗ ਅਤੇ ਗਵਾਹਾਂ ਦੀਆਂ ਇੰਟਰਵਿਊਆਂ ਰਾਹੀਂ ਜਾਂਚਕਾਰਾਂ ਨੇ ਇਹ ਨਿਰਧਾਰਿਤ ਕੀਤਾ ਹੈ ਕਿ ਸ਼ੱਕੀ ਵਿਅਕਤੀ ਗੋਲੀਬਾਰੀ ਤੋਂ 3 ਘੰਟੇ ਪਹਿਲਾਂ ਕਤਲੇਆਮ ਦੇ ਦ੍ਰਿਸ਼ 'ਤੇ ਆਸ ਪਾਸ ਪੈਦਲ ਗਿਆ ਸੀ। ਇਸ ਸਮੇਂ ਦੌਰਾਨ ਉਸਨੂੰ ਪੈਦਲ ਘੁੰਮਦੇ ਅਤੇ ਸਾਈਕਲ ਚਲਾਉਂਦੇ ਦੇਖਿਆ ਗਿਆ। ਉਸਨੂੰ ਇੱਕ ਸਾਈਕਲ ਚਲਾਉਂਦੇ ਹੋਏ ਕੈਰਵੀ ਰੋਡ ਦੇ ਪੱਛਮ ਵਾਲੇ ਪਾਸੇ ਸਰ ਮੌਂਟੀਜ਼ ਡਰਾਈਵ ਦੇ ਉੱਤਰ ਵੱਲ ਲਗਭਗ 10 ਵਜੇ ਅਤੇ ਫਿਰ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਦੁਬਾਰਾ ਕੈਮਗ੍ਰੀਨ ਸਾਈਕਲ ਉੱਤੇ ਦੱਖਣ ਵੱਲ ਯਾਤਰਾ ਕਰਦੇ ਦੇਖਿਆ ਗਿਆ। ਵੀਡੀਓ ਫੁਟੇਜ ਤੋਂ ਪਤਾ ਲੱਗਦਾ ਹੈ ਸ਼ੱਕੀ ਨੇ ਪਵਨਪ੍ਰੀਤ ਨੂੰ ਗੋਲੀ ਮਾਰਨ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਹੁੱਡੀ ਸਿਰ ਉੱਤੇ ਪਾਈ ਸੀ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੋਪਰਜ਼ ਨਾਲ 1-800-222 ਟਿਪਸ 'ਤੇ ਕਾਲ ਕੀਤੀ ਜਾ ਸਕਦੀ ਹੈ। ਬਿਊਰੋ ਰਿਪੋਰਟ, ਥੰਡਰ ਟੀਵੀ।